अक्सर ही पंजाब दे नौजवान पढ़ाई करन दे लई जां रोजगार दे लई विदेश जाण दा रुख अपना रहे ने। किसे तरीके अपनी पढ़ाई पूरी करन दे लई अते विदेश विच रोजी रोटी कमाउण दे लई अमृतसर दे शेहरटा तों तनवीर सिंह नामक नौजवान कैनेडा गया अते बीती रात नौजवान दी कैनेडा दे विच मौत हो गई अते हुण अमृतसर परिवार दे विच इस खबर नूं सुण के सोग दी लहर छा गई है। परिवार दा रो रो के बुरा हाल है। उत्थे ही मृतक नौजवान दे पिता रजवंत सिंह ने दस्सिया कि उसदा बेटा पढ़ाई करन दे लई कैनेडा गया होया सी। उसदे एक दोस्त दा बेटा भी उसदे नाल कैनेडा इसे शहर दे विच रहंदा सी अते उसदे दोस्त दे बेटे दा फोन आया कि उनां दे पुत्तर तनवीर सिंह दी रात मौत हो गई। ਜਦੋਂ ਇਸ ਸੰਬੰਧੀ ਉਹਨਾਂ ਨੇ ਜਾਣਕਾਰੀ ਲੈਣ ਦੇ ਲਈ ਤਨਵੀਰ ਜਿਸ ਜਗ੍ਹਾ ਉੱਤੇ ਰਹਿੰਦਾ ਸੀ ਉੱਥੇ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਜਦੋਂ ਤਨਵੀਰ ਆਪਣੇ ਕਮਰੇ ਵਿੱਚ ਆਇਆ ਤੇ ਆਉਂਦੇ ਸਾਰ ਹੀ ਸੋ ਗਿਆ ਅਤੇ ਸਵੇਰੇ ਉਸਦੇ ਕਮਰੇ ਦੇ ਵਿੱਚ ਰਹਿਣ ਵਾਲੇ ਸਾਥੀ ਨੇ ਦੇਖਿਆ ਕਿ ਤਨਵੀਰ ਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ। ਉਹਨਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ ਤੇ ਬਾਅਦ ਵਿੱਚ ਪਤਾ ਲੱਗਾ ਕਿ ਤਨਵੀਰ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਵਿੱਚ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਪਰਿਵਾਰ ਨੇ ਤਨਵੀਰ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਲਈ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਹੈ। ਟੈਲੀਫੋਨ ਰਾਹੀਂ ਇੱਕ ਮੇਰੇ ਦੋਸਤ ਨੇ ਹੀ ਮੈਨੂੰ ਫੋਨ ਕੀਤਾ ਕਿ ਤੁਹਾਡਾ ਬੇਟੇ ਦੀ ਡੈਥ ਹੋ ਚੁੱਕੀ ਆ। ਉਹਨਾਂ ਦਾ ਬੇਟਾ ਵੀ ਅਤੇ ਮੇਰਾ ਬੇਟਾ ਇੱਕੋ ਸ਼ਹਿਰ ਦੇ ਵਿੱਚ ਰਹਿੰਦੇ। ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਦਾਂ ਉਹਨਾਂ ਤੁਹਾਡੇ ਦੋਸਤ ਆ ਉਹਦੇ ਬੇਟੇ ਦੀ ਡੈਥ ਹੋ ਗਈ ਅਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਦਾਂ ਤੁਸੀਂ ਉੱਥੇ ਫੋਨ ਕਰੋ ਅਤੇ ਪਤਾ ਕਰੋ ਕੀ ਗੱਲਬਾਤ ਹੈ। ਅਤੇ ਮੈਂ ਫਿਰ ਉੱਥੇ ਫੋਨ ਕੀਤਾ ਉੱਥੋਂ ਦੇ ਜਿਹੜੇ ਜਿੱਥੇ ਡਿਊਟੀ ਕਰਦਾ ਸੀ ਰੈਸਟੋਰੈਂਟ ਦਾ ਮਾਲਕ ਉਹਦੇ ਨਾਲ ਗੱਲ ਕੀਤੀ। ਉਹ ਕਹਿੰਦੇ ਜੀ ਅਸੀਂ ਮਤਲਬ ਉਹਨੂੰ ਗੱਡੀ 'ਤੇ ਡਰੋਪ ਕੀਤਾ ਸੀ ਸ਼ਾਮ ਨੂੰ ਘਰ ਅਤੇ ਉਹ ਰਾਤ ਨੂੰ ਮਤਲਬ ਘਰ ਆਪਣੇ ਟਾਈਮ ਨਾਲ ਪਹੁੰਚ ਗਿਆ ਸੀ। ਫਿਰ ਉਹਦੇ ਜਿਹੜੇ ਰੈਜੀਡੈਂਸ ਜਿੱਥੇ ਉਹ ਰਹਿ ਰਿਹਾ ਸੀ ਉੱਥੋਂ ਦੇ ਆਉਂਦਰ ਨਾਲ ਵੀ ਗੱਲ ਹੋਈ। ਉਹ ਕਹਿੰਦਾ ਸੀ ਰਾਤ ਮਤਲਬ ਉਹ ਤਾਂ ਆਪਣੇ ਟਾਈਮ ਨਾਲ ਰੂਮ ਦੇ ਵਿੱਚ ਚਲਾ ਗਿਆ ਸੀ। ਇੱਕ ਉਹਦੇ ਰੂਮਮੇਟ ਨਾਲ ਵੀ ਗੱਲ ਹੋਈ। ਉਹ ਕਹਿੰਦਾ ਵੀ ਜਦੋਂ ਮੈਂ ਆਇਆ ਇਹ ਜੋ ਆਲਰੇਡੀ ਸੌਂ ਰਿਹਾ ਸੀ ਅਤੇ ਮੈਂ ਆਵਾਜ਼ ਲਗਾਈ ਆ ਵੀ ਇਹ ਕੁਛ ਬੋਲਿਆ ਨਹੀਂ। ਮੈਂ ਸੋਚਿਆ ਵੀ ਥੱਕਿਆ ਪਿਆ ਅਤੇ ਫਿਰ ਮੈਂ ਵੀ ਆਪਣੇ ਰੂਮ 'ਚ ਜਾ ਕੇ ਸੌਂ ਗਿਆ ਅਤੇ ਸਵੇਰੇ ਦੇਖਿਆ ਵੀ ਬਿਲਕੁਲ ਉੱਠ ਨਹੀਂ ਰਿਹਾ ਅਤੇ ਦੇਖਿਆ ਵੀ ਇਹਦੇ ਮੂੰਹ 'ਚੋਂ ਨੱਕ 'ਚੋਂ ਬਲੀਡਿੰਗ ਹੋਈ ਆ। ਅਤੇ ਫਿਰ ਪੁਲਿਸ ਅਤੇ ਐਂਬੂਲੈਂਸ ਨੂੰ ਇਨਫੋਰਮ ਕੀਤਾ ਅਤੇ ਉਹਨਾਂ ਨੇ ਜਦੋਂ ਆ ਕੇ ਦੇਖਿਆ ਕਿ ਇਹਦੇ ਬਲੀਡਿੰਗ ਹੋਈ ਹੈ ਨੱਕ ਮੂੰਹ 'ਚੋਂ ਫਿਰ ਉਹਨਾਂ ਨੂੰ ਦੇਖਿਆ ਕਿ ਡੈਥ ਹੋ ਚੁੱਕੀ ਹੈ ਤਰਨਵੀਰ ਸਿੰਘ ਦੀ ਡੈਥ ਹੋ ਚੁੱਕੀ ਹੈ। ਜਾਂਚ ਹੋਣੀ ਚਾਹੀਦੀ ਹੈ ਤੁਹਾਡੇ ਬੇਟੇ ਦੀ ਪਤਾ ਲੱਗਣਾ ਚਾਹੀਦਾ ਕਿ ਤੁਹਾਡੇ ਬੇਟੇ ਨੂੰ ਹੋਇਆ ਕੀ ਹੈ। ਹਾਂਜੀ ਪੁਲਿਸ ਡਿਪਾਰਟਮੈਂਟ ਨਾਲ ਮੇਰੀ ਗੱਲ ਹੋਈ ਹੈ ਜਾਂਚ ਹੋਣੀ ਚਾਹੀਦੀ ਆ। ਉਹ ਉੱਥੋਂ ਮੈਨੂੰ ਫੋਨ ਆਇਆ ਸੀ ਮੇਰੇ ਨਾਲ ਕੰਟੈਕਟ ਉਹਨਾਂ ਉੱਥੋਂ ਦੀ ਪੁਲਿਸ ਨੇ ਕੀਤਾ। ਉਹ ਕਹਿੰਦੇ ਵੀ ਮਤਲਬ ਪੁਲਿਸ ਦੀ ਜਾਂਚ ਚੱਲ ਰਹੀ ਆ ਬਾਕੀ ਜਿਹੜੀ ਆ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਪਤਾ ਲੱਗੇਗਾ ਕੀ ਗੱਲ ਹੈ। ਮੈਂ ਪੰਜਾਬ ਸਰਕਾਰ ਅੱਗੇ ਇਹੋ ਹੀ ਅਪੀਲ ਕਰਦਾ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਵੇ ਤਾਂ ਜੋ ਬੱਚਿਆਂ ਨੂੰ ਵਿਦੇਸ਼ ਜਾਣ ਦੀ ਮਤਲਬ ਲੋੜ ਨਾ ਪਵੇ ਅਤੇ ਬੱਚੇ ਜਿਹੜੇ ਇੱਥੋਂ ਦੇ ਆਪਣੇ ਪਰਿਵਾਰ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਨ। ਬੱਚੇ ਦੀ ਬੋਡੀ ਨੂੰ ਲਿਆਂਦਾ ਜਾਵੇ ਪੰਜਾਬ ਦੇ। ਹਾਂਜੀ ਬੱਚੇ ਦੀ ਬੋਡੀ ਜਿਹੜੀ ਆ ਉਹ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।